ਸਸਰੀ ਗੱਲ ਦੋਸਤੋ ਇਹਨਾਂ ਬਿਲਤੀ ਸੈਂਕ ਆਪਾਂ 9th ਕਲਾਸ ਕਰਦੇ ਪਿਆ 3rd ਚੈਪਟਰ ਨਿਰਦੇਸ਼ਕ ਜਮਾਇਤੀ ਉਹਦਾ 3.3 ਟੋਪਿਕ ਕਹਿੰਦਾ ਸਮਤਲ ਤੇ ਇੱਕ ਬਿੰਦੂ ਅਲਿਖਿਤ ਕਰਨਾ ਜਦੋਂ ਇਸ ਦੇ ਨਿਰਦੇਸ਼ ਅੰਕ ਦਿੱਤੇ ਹੋਣ ਸਾਨੂੰ ਨਿਰਦੇਸ਼ ਅੰਕ ਦਿੱਤੇ ਨੇ ਉਹਨੂੰ ਅਸੀਂ ਕਿਦਾਂ ਡਰਾ ਕਰ ਸਕਦੇ ਆ ਇਹ ਚੀਜ਼ ਹੈ ਹੁਣ ਤੱਕ ਅਸੀਂ ਤੁਹਾਡੇ ਲਈ ਬਿੰਦੂ ਖਿੱਚੇ ਹਨ ਅਤੇ ਤੁਹਾਨੂੰ ਉਹਨਾਂ ਦੇ ਨਿਰਦੇਸ਼ ਅੰਕ ਦੱਸਣ ਲਈ ਕਿਹਾ ਹੈ ਹੁਣ ਅਸੀਂ ਤੁਹਾਨੂੰ ਇਹ ਦਰਸਾਵਾਂਗੇ ਕਿ ਸਮਤਲ ਤੇ ਇਹਨਾਂ ਬਿੰਦੂਆਂ ਨੂੰ ਕਿਸ ਤਰ੍ਹਾਂ ਅੰਕਿਤ ਕੀਤਾ ਜਾਂਦਾ ਹੈ ਜਦੋਂ ਉਹਨਾਂ ਦੇ ਨਿਰਦੇਸ਼ ਅੰਕ ਸਾਨੂੰ ਪਤਾ ਹੋਣ ਇਸ ਪ੍ਰਕਿਰਿਆ ਨੂੰ ਅਸੀਂ ਅਸੀਂ ਬਿੰਦੂ ਦਾ ਅਲੇਖਨ ਪੁਆਇੰਟ ਪਲੋਟਿੰਗ ਦਾ ਪੁਆਇੰਟ ਕਹਿੰਦੇ ਹਾਂ ਠੀਕ ਹੈ ਇਹਦਾ ਕਹਿੰਦਾ ਮਤਲਬ ਕੀ ਹੈ ਹੁਣ ਪਹਿਲਾਂ ਤਾਂ ਤੁਹਾਨੂੰ ਕੀ ਸੀਗਾ ਇੱਥੇ ਟੀਚਰ ਬੈਠਾ ਸੀਗਾ ਉਹਦੀ ਲੋਕੇਸ਼ਨ ਲੱਭਣ ਨੂੰ ਕਿਹਾ ਗਿਆ ਸੀ ਉਹਦੀ ਜਿਹੜੀ ਲੋਕੇਸ਼ਨ ਪਤਾ ਕਰਨੀ ਸੀ ਮ ਲੋ ਜਿਹੜੀ ਸਥਿਤੀ ਪਤਾ ਕਰਨੀ ਸੀਗੀ ਉਸ ਅਲੇ ਵਿੱਚ ਕੀ ਪਤਾ ਕਰਨੀ ਸੀਗੇ ਐਕਸ ਕਮਾ ਵਾਈ ਪਤਾ ਕਰਨੀ ਸੀਗੇ ਠੀਕ ਹੈ ਹੁਣ ਕੀ ਕੀਤਾ ਗਿਆ ਹੁਣ ਇਹ ਕਿਹਾ ਗਿਆ ਹੈ ਹੁਣ ਸਵਾਲ ਪੁੱਠਾ ਕਰ ਦਿੱਤਾ ਗਿਆ ਹੈ ਹੁਣ ਐਦਾ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਐਕਸ ਕਮਾ ਵਾਈ ਤਾਂ ਹੈਗੇ ਨੇ ਤੁਹਾਨੂੰ ਇਹਨਾਂ ਪਤਾ ਹੈ ਵੀ ਐਕਸ ਦੀ ਵੈਲਿਊ ਕਿੰਨੀ ਹੈ ਤੇ y ਦੇ ਵੈਲਿਊ ਕਿ ਨਹੀਂ ਮੰਨ ਲਓ x ਮੰਨ ਲਓ ਕਿੰਨਾ ਹੈ ਤੇ y ਕਿੰਨਾ ਹੈ ਹੁਣ ਉਹਦੀ ਸਥਿਤੀ ਉਹਨੂੰ ਡਰਾ ਕਰੋ ਮੰਨ ਲਓ ਟੀਚਰ ਕਿੱਥੇ ਬੈਠਾ ਹੋਊਗਾ ਤੇ ਕੋਲ ਪਹੁੰਚੋ ਠੀਕ ਹੈ ਮੰਨ ਲਓ ਤੇਰੇ ਕੋਲ ਐਡਰੈਸ ਪਤਾ ਤੁਹਾਨੂੰ ਹੁਣ ਤੁਹਾਨੂੰ ਐਡਰੈਸ ਪਤਾ ਹੈ ਤੁਸੀਂ ਕੀ ਕਹਿੰਦਾ ਉਹ ਜਗ੍ਹਾ ਤੇ ਪਹੁੰਚਣਾ ਹੈ ਠੀਕ ਹੈ ਉਹ ਜਗ੍ਹਾ ਤੇ ਜਿਹੜੀ ਪਹੁੰਚਣਾ ਹੈ ਪਹਿਲਾਂ ਕੀ ਸੀਗਾ ਪਹਿਲਾਂ ਤੁਹਾਨੂੰ ਕੀ ਸੀਗਾ ਜਗ੍ਹਾ ਪਤਾ ਹੁੰਦੀ ਸੀਗੀ ਸਥਿਤੀ ਪਤਾ ਸੀਗੀ ਉਹਦੇ x ਕਮਾ y ਨਿਰਦੇਸ਼ਕ ਪਤਾ ਕਰ ਰਹੇ ਸੀਗੇ ਹੁਣ ਅਸੀਂ ਪਲੋਟਿੰਗ ਦਾ ਗ੍ਰਾਫ ਕਰਨਾ ਹੈ ਤੇ ਉਹਨੂੰ ਇਹਨੂੰ ਡਰਾ ਕਰਨਾ ਹੈ ਓਕੇ ਇਹ ਚੀਜ਼ ਹੈ ਦੇ ਵਿੱਚ ਜਿਹੜੇ ਮੂਠੇ ਮੂਠੇ ਗੱਲਾਂ ਨੇ ਉਹ ਪਿਛਲੇ ਵੀਡੀਓ ਲੈਕਚਰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਇੰਪੋਰਟੈਂਟ ਬਿੰਦੂ ਹੈਗੇ ਨਾ ਕਹਿੰਦਾ ਮੰਨ ਲਓ ਬਿੰਦੂ ਇੱਕ ਬਿੰਦੂ ਦੇ ਨਿਰਦੇਸ਼ ਅੰਕ 3,5 ਨੇ ਇੱਕ ਬਿੰਦੂ ਦੇ ਨਿਰਦੇਸ਼ ਅੰਕ ਕੀ ਨੇ ਹੁਣ ਦੇਖੋ ਇੱਕ ਵਰਡ ਇੱਥੇ ਯੂਜ਼ ਕੀਤਾ ਹੈ ਨਿਰਦੇਸ਼ ਅੰਕ ਇਹਦੇ ਵਿੱਚ x ਨਿਰਦੇਸ਼ ਅੰਕ ਵੀ ਹੈ ਤੇ ਇਹਦੇ ਵਿੱਚ ਹੀ y ਨਿਰਦੇਸ਼ ਅੰਕ ਵੀ ਹੈ ਕੱਲਾ ਨਿਰਦੇਸ਼ ਅੰਕ ਸ਼ਬਦ ਯੂਜ਼ ਕਰ ਲਿਆ x ਨਿਰਦੇਸ਼ ਅੰਕ x ਤੇ y ਨਿਰਦੇਸ਼ ਅੰਕ y ਹੈ ਜਿਹੜਾ 3,5 ਹੈ ਇਹ ਨਹੀਂ ਗੱਲ ਕਲੀਅਰ ਤੁਹਾਨੂੰ ਹਣਾ ਅਸੀਂ ਇਸ ਬਿੰਦੂ ਨੂੰ ਨਿਰਦੇਸ਼ ਅੰਕ ਸਮਤਲ ਤੇ ਅਲਿਖਿਤ ਕਰਨਾ ਚਾਹੁੰਦੇ ਹਾਂ ਅਸੀਂ ਨਿਰਦੇਸ਼ ਅੰਕ ਧੁਰਾ ਖਿੱਚਦੇ ਹਾਂ ਅਤੇ ਆਪਣੀ ਇਕਾਈਆਂ ਦੀ ਚੋਣ ਇਸੇ ਤਰ੍ਹਾਂ ਕਰਦੇ ਹਾਂ ਜਿਵੇਂ ਦੋਵਾਂ ਧੁਰਿਆਂ ਤੇ 1 ਸੈਂਟੀਮੀਟਰ ਨੂੰ ਇੱਕ ਇਕਾਈ ਨਿਰੂਪਿਤ ਕਰਦਾ ਹੋਵੇ ਠੀਕ ਹੈ ਹੁਣ ਜਿਹੜੀ ਇੱਕ ਇਕਾਈ ਕਿੰਨੀ ਮੰਨੇ 1 ਸੈਂਟੀਮੀਟਰ ਬਿੰਦੂ 3.5 ਦੇ ਨਿਰਦੇਸ਼ ਅੰਕਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਧਨਾਤਮਕ x ਧੁਰੇ ਤੇ ਇਸ ਬਿੰਦੂ ਦੀ y ਧੁਰੇ ਤੋਂ ਦੂਰੀ 3 ਇਕਾਈਆਂ ਹਨ ਠੀਕ ਹੈ ਤਿੰਨ ਤਾਂ ਸਾਨੂੰ ਕੀ ਪਤਾ ਲੱਗਦਾ ਹੈ ਕਹਿੰਦਾ 3.5 ਦੇ ਨਿਰਦੇਸ਼ ਅੰਕ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਮਤਲਬ ਹਲੇ 5 ਨੂੰ ਛੱਡ ਦਿਓ ਕਹਿੰਦਾ 3 ਦੇ ਨਿਰਦੇਸ਼ ਅੰਕ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਧਨਾਤਮਕ x ਤੁਰੇ ਤੇ ਕਿਉਂ ਕਿ ਕਿਉਂਕਿ 3 ਪੋਜ਼ਿਟਿਵ ਹੈ ਹਨਾ ਤੁਰੇ ਤੇ ਇਸ ਬਿੰਦੂ ਦੀ y ਤੁਰੇ ਤੋਂ ਦੂਰੀ 3 ਇਕਾਈਆਂ ਹਨ ਕਹਿੰਦਾ ਧਨਾਤਮਕ ਤੇ ਜਦੋਂ ਆਪਾਂ 5 ਦੀ ਗੱਲ ਕਰਦੇ ਹਾਂ ਤੇ ਧਨਾਤਮਕ y ਤੁਰੇ ਤੇ ਇਸ ਬਿੰਦੂ ਦੀ x ਤੁਰੇ ਤੋਂ ਦੂਰੀ 5 ਇਕਾਈਆਂ ਹਨ ਇਹ ਲਾਈਨ ਮਤਲਬ ਇਹ ਚੈਪਟਰ ਦਾ ਸਾਰ ਹੈ ਇਹ ਇਹ ਲਾਈਨ ਤੁਸੀਂ ਮੈਂ ਸਮਝ ਲਓ ਪਰ ਸਾਰਾ ਤੁਹਾਨੂੰ ਸਮਝਾ ਦੇਗੀ ਜਿਹਨੂੰ ਆ ਲਾਈਨ ਸਮਝ ਆ ਗਈ ਨਾ ਇੱਥੇ ਤੱਕ ਸਮਝ ਆ ਗਿਆ ਉਹਨੂੰ ਸਾਰਾ ਚੈਪਟਰ ਸਮਝ ਆ ਗਿਆ ਹੈ ਓਕੇ ਕਿਉਂਕਿ ਆ ਜਿਹੜੀ ਲਾਈਨਾਂ ਦੀ ਇੱਥੇ Y ਤੁਰੇ ਤੋਂ ਦੂਰੀ ਜਿਹਨੂੰ ਇਹ ਕਲੀਅਰ ਹੋ ਗਿਆ ਉਹਨੂੰ ਸਾਰਾ ਕਲੀਅਰ ਹੋ ਗਿਆ ਓਕੇ ਜਿਹੜੀ Y ਤੁਰੇ ਤੋਂ ਦੂਰੀ Y ਤੁਰੇ ਤੋਂ ਦੂਰੀ ਹੀ ਕੀ ਹੈ X ਨਿਰਦੇਸ਼ ਅੰਕ ਓਕੇ ਅਤਿਤਨਾਤਮਕ X ਤੁਰੇ ਤੋਂ ਇਸ ਬਿੰਦੂ ਦੀ X ਤੁਰੇ ਤੋਂ ਦੂਰੀ ਕੀ ਹੈ ਓਕੇ ਹੈ వై నిర్దేశాంక మూలबिंदु ओ ਤੋਂ ਆਰੰਭ ਕਰਕੇ ਅਸੀਂ ਧਨਾਤਮਕ ਐਕਸ ਤੁਰੇ ਤੇ 3 ਇਕਾਈਆਂ ਦੀ ਗਿਣਤੀ ਕਰਦੇ ਹਾਂ ਹੁਣ ਇਹਨੂੰ ਸਮਝ ਲਓ ਕਿਦਾਂ ਅਸੀਂ ਸੋਲਵ ਕਿਦਾਂ ਕਰਨਾ ਹੈ ਕਹਿੰਦਾ ਮੂਲबिंदु ਤੋਂ ਆਰੰਭ ਕਰਕੇ ਅਸੀਂ ਧਨਾਤਮਕ ਐਕਸ ਤੁਰੇ ਤੇ 3 ਇਕਾਈਆਂ ਆ ਰਹੇ ਐਕਸ ਤੁਰਾ ਇੱਥੇ ਕੀ ਕਰਨਾ ਸੀ 3 ਇਕਾਈਆਂ ਦੀ ਗਿਣਤੀ ਕਰਦੇ ਹਾਂ 1 ਇਕਾਈ 2 ਇਕਾਈ 3 ਇਕਾਈ ਅਤੇ ਸੰਗਤ ਬਿੰਦੂ ਨੂੰ A ਦੇ ਰੂਪ ਵਿੱਚ ਅੰਕਿਤ ਕਰਦੇ ਹਾਂ ਠੀਕ ਹੈ ਜੀ ਸੰਗਤ ਬਿੰਦੂ ਨੂੰ ਕੀ ਕਰ ਦੇਣਾ A ਦੇ ਰੂਪ ਵਿੱਚ A ਦੇ ਰੂਪ ਵਿੱਚ ਕੀ ਕਰ ਦੇਣਾ ਆ ਰਹੇ ਮੇਰੇ ਕੋਲ A ਨਿਰੂਪਿਤ ਕਰਤਾ ਅਤੇ ਸੰਗਤ ਬਿੰਦੂ ਇਹਦਰੂਜ ਅੰਕਿਤ ਕਰਦੇ ਹਾਂ ਹੁਣ A ਤੋਂ ਆਰੰਭ ਕਰਕੇ ਅਸੀਂ ਵਾਈ ਤੁਰੇ ਦਿਿਤਨਾਤਮਕ ਦਿਸ਼ਾ ਵਿੱਚ ਚਲਦੇ ਹਾਂ ਵਾਈ ਤੁਰੇ ਦਿਿਤਨਾਤਮਕ ਦਿਸ਼ਾ ਵਿੱਚ ਚਲਦੇ ਹਾਂ ਅਤੇ ਪੰਜੇ ਕਈਆਂ ਦੀ ਗਿਣਤੀ ਕਰਦੇ ਹਾਂ 1 ਹੁਣ ਇੱਥੋਂ ਹੀ 1 2 3 4 5 ਜੋ ਕਿ ਇਧਰ ਵੀ ਉਹੀ ਹੈ 1 2 3 4 5 ਅਤੇ ਇਸ ਸੰਗਤ ਬਿੰਦੂ ਨੂੰ P ਦੇ ਰੂਪ ਵਿੱਚ ਹੀ ਕਰਦੇ ਨੇ ਅੰਕਿਤ ਕਰਦੇ ਹਾਂ ਇਹਨੂੰ ਕਿਹਦੇ ਰੂਪ ਚ ਅੰਕਿਤ ਕਰਤਾ P ਦੇ ਰੂਪ ਵਿੱਚ ਅੰਕਿਤ ਕਰਤਾ ਇਹਦੇ ਇਹਨੇ ਕਿਦਾਂ ਸਮਝਾਇਆ ਇਹਨੇ ਇਹਨ ਕਿਸ ਤਰੀਕੇ ਨਾਲ ਲਿਆ ਨੁਸਟਿਕ ਨਾਲ ਲਈਆ ਦੇਖੋ 3.5 ਡਰਾ ਕਰਨਾ ਹੈ ਤਾਂ 3.5 ਡਰਾ ਕਰਨਾ ਨਾ ਤਾਂ ਇਹ ਕਹਿੰਦਾ ਇਹ ਇਹਦਾ ਮਤਲਬ ਕੀ ਹੈ y ਤੁਰੇ ਤੋਂ ਦੂਰ ਜਾਓ y ਤੁਰੇ ਤੋਂ ਦੂਰ ਜਾਓ ਜੇ ਜਦੋਂ y ਤੁਰੇ ਤੋਂ ਦੂਰ ਜਾਵਾਂਗੇ ਫਿਰ ਉਹ ਚੱਲਾਂਗੇ ਕਿਹਦੇ ਉੱਤੇ ਚੱਲਣਾ ਕਿਸ ਤੇ ਹੈ x ਐਕਸਿਸ ਤੇ ਓਕੇ ਕਲੀਅਰ ਹੈ ਇਹ ਤਾਂ ਗੱਲ ਸਮਝ ਗਈ ਤੁਹਾਨੂੰ ਤਾਂ ਇਹ y ਤੁਰੇ ਤੋਂ ਦੂਰ ਜਾਣਾ ਜਿਹੜਾ ਇਹ 3.4 ਜਿਹੜਾ 3 ਅਸੀਂ ਲੱਭਣੀ ਹੈ ਇਹ ਬਿੰਦੂ ਤਾਂ ਵਾਈ ਤੁਰੇ ਤੋਂ ਦੂਰ ਜਾਣਾ ਆ ਮੇਰੇ ਕੋਲ ਕੀ ਹੈ ਵਾਈ ਤੁਰਾ ਇੱਥੋਂ ਦੂਰ ਜਾਣਾ ਕਿੰਨੇ ਕਦਮ ਤਿੰਨ ਕਦਮ ਪਰ ਚਲੂੰਗਾ ਕਿਤੇ ਐਕਸ ਐਕਸਿਸ ਤੇ 1 2 3 ਕਿਉਂਕਿ ਆ ਵਾਈ ਤੁਰੇ ਤੋਂ ਦੂਰ ਜਾ ਰਹੀਆਂ ਨਾ ਮੈਂ ਓਕੇ ਨਾ ਤਾਂ ਇੱਥੇ ਇੱਕ ਪੁਆਇੰਟ ਲੈ ਲਿਆ A ਠੀਕ ਹੈ ਹੁਣ ਜਿਹੜਾ 5 ਹੈ 5 ਦਾ ਮਤਲਬ ਕੀ ਹੈ 3 ਕਮਾ 5 ਹੈ ਨਾ 5 ਦਾ ਮਤਲਬ ਕੀ ਹੈ ਐਕਸ ਤੁਰੇ ਤੋਂ ਦੂਰ ਜਾਓ x ਤੋਂ ਇਧਰ ਦੂਰ ਜਾਓ ਕਿੰਨਾ ਦੂਰ ਜਾਓ 5 ਕਦਮ 1 ਕਦਮ 2 ਕਦਮ 3 ਕਦਮ 4 ਕਦਮ 5 ਕਦਮ ਕਲੀਅਰ ਜੀ ਇਹ ਮੈਂ ਇੱਥੇ ਪਹੁੰਚ ਗਿਆ ਹੁਣ ਜਿਹੜਾ ਇੱਥੇ ਜਦੋਂ ਪਹੁੰਚੇ ਆ ਜਿਹੜੀ ਆਹ ਤਿੰਨ ਇਕਾਈਆਂ ਥੱਲੇ ਚੱਲ ਕੇ ਆਇਆ ਸੀਗਾ ਜਿਹੜੀ ਥੱਲੇ ਤਿੰਨ ਇਕਾਈਆਂ ਚੱਲ ਕੇ ਆਇਆ x ਤੋਂ ਦੂਰ ਗਿਆ ਆਹ ਤਿੰਨ ਇਕਾਈਆਂ ਤੇ ਚੱਲ ਕੇ ਆਇਆ ਉਹ ਭਾਵੇਂ ਮੈਂ ਇੱਥੇ ਡਰਾ ਕਰ ਲੈਂਦਾ ਇੱਕੋ ਹੀ ਚੀਜ਼ ਹੈ ਜਿਹੜੀ ਮੈਂ ਆਹ ਇਕਾਈਆਂ ਤੇ ਚੱਲ ਕੇ ਗਿਆ ਭਾਵੇਂ ਮੈਨੂੰ ਆਹ ਚੀਜ਼ ਨੂੰ ਇੱਧਰ ਡਰਾ ਕਰ ਲਿਆ ਠੀਕ ਹੈ ਆਹ ਵਾਲੀ ਚੀਜ਼ ਨੂੰ ਇੱਥੇ ਡਰਾ ਕਰ ਲਿਆ ਤਾਂ ਮੇਰੇ ਕੋਲ ਕਿੰਨਾ ਆ ਗਿਆ ਕੀ ਨਿਕਲ ਆ ਗਿਆ 3.5 ਆ ਗਿਆ ਤਾਂ ਇੱਕ ਚੀਜ਼ ਜਿਹੜੀ ਚੈਪਟਰ ਦਾ ਸਾਰ ਹੈ ਨਾ ਸਾਰ ਸ਼ਬਦ ਉਹ ਇਸ ਸ਼ਬਦ ਹੈ ਕਿ ਐਕਸ ਨਿਰਦੇਸ਼ ਅੰਕ ਅਸਲ ਵਿੱਚ ਕੀ ਕਰਨਾ ਹੈ ਅਸਲ ਵਿੱਚ ਕੀ ਕਰਨਾ ਹੈ ਵਾਈ ਤੁਰੇ ਤੋਂ ਦੂਰੀ ਹੈ ਮਤਲਬ ਵਾਈ ਤੁਰੇ ਤੋਂ ਦੂਰ ਜਾਣਾ ਹੈ ਕਲੀਅਰ ਹੈ ਇਹਨੂੰ ਤੁਸੀਂ ਇਸ ਤਰੀਕੇ ਨਾਲ ਜੇ ਹਾਲੇ ਵੀ ਤੁਹਾਨੂੰ ਕਨਫਿਊਜ਼ਨ ਆਉਂਦੀ ਹੈ ਤਾਂ ਇਸ ਤਰੀਕੇ ਨਾਲ ਸਮਝੋ ਤੁਹਾਡੇ ਸਕੂਲ ਦਾ ਗਰਾਊਂਡ ਇੱਥੇ ਤੁਹਾਡਾ ਇੱਕ ਦੋਸਤ ਖੜਾ ਹੈ ਓਕੇ ਇਹੜਾ ਦੋਸਤ ਖੜਾ ਹੈ। ਉਹ ਇਧਰ ਦੋਸਤ ਖੜਾ ਹੈ। ਇਹਨੂੰ ਤੁਸੀਂ ਕਿ ਮੰਨ ਲਓ origin ਮੰਨ ਲਓ ਆਪਣੇ ਦੋਸਤ ਨੂੰ ਇਦਾਂ। ਠੀਕ ਹੈ ਇਹਨੂੰ 0,0 ਮੰਨ ਲਿਆ। ਆਪਣੇ ਦੋਸਤ ਤੋਂ ਦੂਰ ਜਾਣਾ ਹੈ। ਠੀਕ ਹੈ ਕਿਸ ਡਾਇਰੈਕਸ਼ਨ 'ਚ ਜਾਣਾ ਹੈ? x ਤੋਂ ਦੂਰ ਜਾਣਾ, y ਤੋਂ ਦੂਰ ਜਾਣਾ, ਠੀਕ ਹੈ? ਆਪਣੇ ਦੋਸਤ ਤੋਂ ਦੂਰ ਜਾਓ ਜੇ ਇਹ x ਤੋਂ ਰਸੀਗਾ ਆਪਣੇ ਦੋਸਤ ਤੋਂ ਦੂਰ ਜਾਓ y ਤੋਂ ਰੇਤੋ, ਠੀਕ ਹੈ ਜੀ? ਜਦੋਂ x ਤੋਂ ਦੂਰ ਜਾएंगे ਉਹ y ਨਿਰਦੇਸ਼ਕ ਜਦੋਂ y ਜਦੋਂ y ਤੁਰੇ ਤੋਂ ਦੂਰ जाएंगे हो x ਤੇ ਨਿਰਦੇਸ਼ਕ ਜਦੋਂ x ਤੁਰੇ ਤੋਂ ਦੂਰ जाएंगे हो ਉਹ y ਦੇ ਨਿਰਦੇਸ਼ਕ ਕਲੀਅਰ ਹੈ ਚੀਜ਼ ਬਸ ਇਹੀ ਚੀਜ਼ ਹੈ ਸਮਝਣ ਵਾਲੀ ਆ ਸਾਰੀ ਉਹਨੇ ਬਾਕੀ ਉਹਨੇ ਸਾਰਾ ਇਹੀ ਲਿਖਿਆ ਹੈ ਕਹਿੰਦਾ ਮੰਨ ਲਓ ਬਿੰਦੂ ਦੇ ਨਿਰਦੇਸ਼ਕ 3, 5 ਹਨ ਅਸੀਂ ਇਸ ਬਿੰਦੂ ਨੂੰ ਨਿਰਦੇਸ਼ਕ ਸਮਤਲ ਤੇ ਲਿਖਿਤ ਕਰਨਾ ਚਾਹੁੰਦੇ ਹਾਂ ਇਸ ਤਰੀਕੇ ਨਾਲ ਸਾਰਿਆਂ ਨੂੰ ਕੀ ਕਰ ਸਕਦੇ ਸੀ ਆ ਲਿਖ ਕਰ ਸਕਦੇ ਹਾਂ p ਦੇ ਰੂਪ ਚ ਕਰਤਾ ਤੁਸੀਂ ਇੱਥੇ ਦੇਖੋਗੇ ਕਿ y ਤੁਰੇ ਤੋਂ p ਦੀ ਦੂਰੀ 3 ਨਿਕਈ ਹੈ ਤੇ x ਤੁਰੇ ਤੋਂ 5 ਨਿਕਈ ਹੈ ਆਹ ਹੈ ਇੰਪੋਰਟੈਂਟ ਲਾਈਨ ਹੈ y ਤੁਰੇ ਤੋਂ p ਦੀ ਦੂਰੀ 3 ਨਿਕਈ ਹੈ ਤੇ x ਤੁਰੇ ਤੋਂ ਦੂਰੀ ਕਿੰਨੀ ਹੈ 5 ਇਕਾਈਆਂ ਹੈ ਇਸ ਲਈ ਪੀ ਵਿਚਾਰੇ ਦੇ ਇਹਨਾਂ ਬਿੰਦੂ ਦੀ ਸਥਿਤੀ ਹੈ ਧਿਆਨ ਦਿਓ ਪੀ ਪਹਿਲੀ ਚੌਥਾਈ ਵਿੱਚ ਸਥਿਤ ਹੈ ਕਿਉਂਕਿ ਪੀ ਦੇ ਦੋਨੋਂ ਨਿਰਦੇਸ਼ ਅੰਕ ਧਨਾਤਮਕ ਨੇ ਜੇ ਦੋਨੋਂ ਧਨਾਤਮਕ ਨਹੀਂ ਤਾਂ ਪਹਿਲੀ ਚੌਥਾਈ ਸਥਿਤ ਹੈ ਇਸ ਤਰ੍ਹਾਂ ਤੁਸੀਂ ਨਿਰਦੇਸ਼ ਅੰਕ ਸਮਤਲ ਦੇ ਬਿੰਦੂ 5 4 ਅਲਿਖਿਤ ਕਰ ਸਕਦੇ ਹੋ ਤਾਂ 5 4 ਦਾ ਮਤਲਬ ਸਮਝਦੇ ਹੋ 5 4 ਦਾ ਮਤਲਬ ਸਮਝ ਦਿਓ ਤਾਂ ਮਤਲਬ ਇਹਦਾ 5 ਮੈਨੂੰ ਇਹ ਦਰਸਾਉਂਦਾ ਪਿਆ ਇਹ ਐਕਸ ਨਿਰਦੇਸ਼ ਅੰਕ ਹੈ ਜੇ ਐਕਸ ਨਿਰਦੇਸ਼ ਅੰਕ ਹੈ ਮਤਲਬ ਇਹ ਵਾਈ ਤੋ ਦੂਰੀ ਕਿੰਨੀ ਹੈ ਪਹਿਲੀ ਹੀ ਚੀਜ਼ ਹੈ ਮੇਰੇ ਕੋਲ ਐਕਸ ਨਿਰਦੇਸ਼ ਅੰਕ ਵ ਇਹ ਵਾਈ ਨਿਰਦੇਸ਼ਕ ਹੈ ਠੀਕ ਹੈ ਇਹ ਮੇਰੇ ਕੋਲ ਕੀ ਹੈ ਇਹ ਵਾਈ ਨਿਰਦੇਸ਼ਕ ਹੈ ਇਸ ਤਰੀਕੇ ਨਾਲ ਡਰਾ ਕਰ ਸਕਦੇ ਆ ਚਾਹੇ ਤੁਸੀਂ ਗ੍ਰਾਫ ਤੇ ਚੱਲ ਕੇ ਸੋਲਵ ਕਰ ਲੋ ਚਾਹੇ ਉੱਧਰ ਸੋਲਵ ਕਰ ਲੋ ਰਿਨਾਤਮਕ ਐਕਸ ਤੁਰੇ ਇਥੋਂ ਦਿਸ਼ਾ ਵਿੱਚ ਐਕਸ ਤੁਰੇ ਰਿਨਾਤਮਕ ਵਾਈ ਤੁਰੇ ਦੀ ਦਿਸ਼ਾ ਵਿੱਚ ਐਕਸ ਤੁਰੇ ਤੋਂ ਕਿਓ ਦੀ ਦੂਰੀ 4 ਕਹੀਆਂ ਹਨ ਜਿਸ ਤੋਂ ਇਸ ਦਾ ਵਾਈ ਨਿਰਦੇਸ਼ਕ -4 ਹੈ ਬਿੰਦੂ ਕਿਓ ਚੌਥੀ ਕਾਈ ਵਿੱਚ ਸਥਿਤ ਹੈ ਕਿਉਂ ਚੌਥੀ ਕਾਈ ਚ ਕਿਉਂ ਹੈ ਕਿਉਂਕਿ ਇੱਕ ਪਲੱਸ ਹੈ ਤੇ ਇੱਕ ਦੂਜਾ ਕੀ ਹੈ ਮਾਈਨਸ ਹੈ ਓਕੇ ਹੁਣ ਐਗਜ਼ਾਮਪਲ ਹੈ ਸਾਡੇ ਕੋਲ जीडीने चीज़ इतने बना दी कौम माइनस चार ओके तो जोड़ा पहला पड़ा पं से कोल पं कौम माइनस चार पं कौम माइनस चार का मतलब की है एक्स निर्देश मेरे को माइनस चार की है वाई निर्देश एक्स निर्देश का मतलब की है वाई तों दूरी तो वाई निर्देशांक का मतलब की है एक्स तो दूरी क्लीयर चीज तो वाई तो दूर चली है जो तो पंज बनाए आ रहा वाई है वाई थोड़ा तो इतना तो दूर चली है तो किन्ने एक दो तीन चार पाँच चल गए इतने चले गए हूँ माइनस चार का मतलब की है एक्स तो दूर चलीए कि एक दो तीन चार ओके आ रही लोकेशन तो पांज कॉम माइनस चार आ गई क्लीयर चीज़ ये दूजे तरीके इस तरीके भी देख सकते हैं सँ इस तरीके देख सकते एक्स एक्स चले एक दौ तीन चार पाँच इतों लंब के चलो माइनस चार की है एक दो 3 4 ਇੱਥੇ ਚੱਲੇ ਇੱਥੋਂ ਲੰਬੇ ਚੱਲੋ ਓਕੇ ਤਾਂ ਇਧਰ ਨੂੰ ਚੱਲਣ ਦਾ ਮਤਲਬ ਕੀ ਹੈ ਵੀ ਆ ਜਿਹੜਾ ਐਕਸ ਤੁਰੇ ਇਤੋਂ ਦੂਰ ਜਾ ਰਹੇ ਹਾਂ ਕਲੀਅਰ ਜੀ ਹੈ ਇਹ ਸੌਲੀ ਕਲੀਅਰ ਹੋ ਗਿਆ ਅੱਗੇ ਐਗਜ਼ਾਮਪਲ ਤੁਹਾਡੇ ਕੋਲ ਇਹ ਕਹਿੰਦਾ ਕਾਰਟੀਜ਼ਨ ਸੰਤਲ ਵਿੱਚ ਬਿੰਦੂ ਆ 5,0 0,5 2,5 5,2 -3,5 -3,-5 5,-6,1 ਦਾ ਸਥਾਨ ਨਿਰਧਾਰਨ ਕਰੋ ਠੀਕ ਹੈ ਹੱਲ ਇੱਕ ਸਮ 1 ਇੱਕ ਇਕਾਈ ਲੈ ਕੇ ਅਸੀਂ ਐਕਸ ਤੁਰੇ ਅਤੇ ਵਾਈ ਤੁਰੇ ਖਿੱਚਦੇ ਹਾਂ ਬਿੰਦੂਆਂ ਦੀ ਸਥਿਤੀਆਂ ਨੂੰ ਚਿੱਤਰ 3. ਵਿੱਚ ਗੂੜੇ ਬਿੰਦੂ ਨਾਲ ਦਿਖਾਇਆ ਗਿਆ ਹੈ ਇਹ ਸਾਰੇ ਬਿੰਦੂ ਕੀ ਕਰਨੇ ਆ ਅਸੀਂ ਕਰਨੇ ਆ ਨਿਰਧਾਰਨ ਕਰਨੇ ਸੀਗੇ ਪਹਿਲੀ ਗੱਲ ਮੇਰੇ ਕੋਲ ਕੀ ਹੈ ਹੁਣ ਇਹਨਾਂ ਨੂੰ ਸਮਝ ਲਓ ਇਦਾਂ ਹੀ ਪਹਿਲੇ ਮੈਂ ਕਿੱਲੇ ਬਣਾਏ 5.0 ਲੱਭਣੇ ਆ 5 ਦਾ ਮਤਲਬ ਸਮਝਦੇ 0 ਦਾ ਮਤਲਬ ਸਮਝਦੇ ਹੋ ਇਹਨੂੰ ਦੋ ਤਰੀਕਿਆਂ ਨਾਲ ਚੱਲ ਸਕਦੇ ਹੋ ਮਤਲਬ 5 ਦਾ ਮਤਲਬ ਕੀ ਆ ਦੇਖੋ ਹੁਣ ਦੇਸੀ ਪੰਜਾਬੀ ਦੇਸੀ ਤਰੀਕੇ ਦੱਸਦਾ ਸ਼ਾਰਟਕਟ x ਤੇ ਚੱਲੋ ਇਹਦਾ ਮਤਲਬ ਇਹੀ ਹੈ 0 ਦਾ ਮਤਲਬ ਕੀ ਆ y ਤੇ ਚੱਲੋ ਠੀਕ ਹੈ ਇਹ ਚੀਜ਼ ਆ ਹੁਣ ਜੇ ਐਕਸ ਤੇ ਚੱਲੋ ਐਕਸ ਤੇ ਕਿੰਨੇ ਕਦਮ ਚੱਲਣਾ 5 ਕਦਮ 1 2 3 4 5 ਹੁਣ ਕਹਿੰਦਾ ਵਾਈ ਤੇ ਚਲੋ ਵਾਈ ਤੇ ਚਲੋ ਹੀ ਨਾ ਵਾਈ ਤੇ ਚਲੋ ਹੀ ਨਾ ਵਾਈ ਤੇ ਕਿਹੜੇ ਖੜੇ ਰਹੋ ਜ਼ੀਰੋ ਤੇ ਉਹ ਜ਼ੀਰੋ ਹੀ ਰਹਿ ਗਈ ਵਾਈ ਦੀ ਲੋਕੇਸ਼ਨ ਤੇ ਇੱਥੇ ਹੀ ਰਹਿ ਗਏ ਮੈਂ ਤੁਸੀ ਰੀਜ਼ਨ ਤੇ ਰਹਿ ਗਏ ਇੰਨੇ ਕਰਤਾ ਪੰਗਾ ਕ੍ਰੀਏਟ ਇਹ ਜਦੋਂ ਸ਼ਾਰਟਕਟ ਮਾਰਦੇ ਆ ਹੁਣ ਸ਼ਾਰਟਕਟ ਨਾ ਮਾਰੋ ਤਾਂ ਸਹੀ ਤਰੀਕੇ ਨਾਲ ਜਿਹੜੀ ਸਹੀ ਭਾਸ਼ਾ ਹੈ ਉਹਨੂੰ ਵਰਤੀਏ ਜੋ ਕਾਰਟੀਜ਼ਨ ਕਹਿੰਦਾ ਹੈ ਹਨਾ ਉਹਨੂੰ ਯੂਜ਼ ਕਰੀਏ ਤਾਂ ਉਹਨੂੰ ਯੂਜ਼ ਕਰਕੇ ਦੇਖਦੇ ਆ ਕਿ ਪ੍ਰੋਬਲਮ ਆਉਂਦੀ ਹੈ ਸਟੇਟ ਕੋਰੀਏਟ ਹੁੰਦੀ ਹੈ 5 ਕਮਾ 0 ਨਿਰਦੇਸ਼ਕ ਠੀਕ ਹੈ ਜੀ x ਦਾ ਨਿਰਦੇਸ਼ ਅੰਕ ਦਾ ਮਤਲਬ ਕੀ ਹੈ y ਤੋਂ ਦੂਰੀ y ਤੋਂ ਦੂਰ ਆ ਰਿਹਾ y ਤੋਂ ਰਾ y ਤੋਂਰੇ ਤੋਂ ਕਿੰਨਾ ਦੂ ਚਲੋ ਪੰਜ ਕਦਮ ਦੂਰ ਚਲੋ ਇੱਕ ਕਦਮ ਦੋ ਕਦਮ ਤਿੰਨ ਕਦਮ ਚਾਰ ਕਦਮ ਪੰਜ ਕਦਮ ਇੱਥੇ ਪਹੁੰਚ ਗਏ ਤਾਂ ਪੰਜ ਆ ਗਿਆ ਹੁਣ ਜ਼ੀਰੋ ਦਾ ਮਤਲਬ ਕੀ ਹੈ ਜ਼ੀਰੋ ਦਾ ਮਤਲਬ ਕੀ ਹੈ y ਦੇ ਨਿਰਦੇਸ਼ ਅੰਕ ਮਤਲਬ ਇਹਦਾ ਕੀ ਹੈ x ਤੋਂ ਦੂਰ ਚਲੋ एक्स तो कि दूर चलो जीरो मतलब एक्स तो चलो ही ना एक्स से ही खड़े रहो हूँ खड़े रह ही खड़े रह गए आखिर है जीरो तो हमेशा याद रखियो एक्स एक्सिस एक्स तुरे तो वाई हमेशा जीरो है होंगे याद रखनी है तो वाई एक्सिस मतलब वाई तुरे तो एक्स हमेशा जीरो हों दो गल् इंपोर्टेंट ने इन्हों नोट कर लो ओके ਇੱਥੇ ਤੁਸੀਂ ਸਾਰੇ ਬਿੰਦੂ ਲੱਭ ਲੈਣੇ ਆ ਸਾਰਿਆਂ ਦੀ ਵੈਲਿਊ ਕਲੀਅਰ ਲੱਭ ਲੈਣੀ ਆ ਉਹਦੇ ਜਿਹਨੇ ਦੱਸਿਆ ਡਰਾ ਕਰਨ ਨੂੰ ਤਾਂ 5.0 ਦਾ ਮਤਲਬ ਕੀ ਆ 1 2 3 4 5 ਪੰਜ ਤੇ ਚੱਲਿਆ ਤੇ Y ਚੱਲਣਾ ਨਹੀਂ 0 ਦੂਜੀ ਅਗੇ 0.5 ਹੁਣ 0.5 ਤਾਂ ਪਹਿਲਾਂ ਚੱਲਣਾ ਨਹੀਂ ਹੈਗਾ 0 ਤੇ ਹੀ ਰਹਿਣਾ ਤੇ ਦੂਜੇ ਅਗੇ ਚੱਲਣਾ 5 ਕਦਮ 1 2 3 4 5 X ਤੇ ਤਾਂ ਮੈਂ ਚੱਲਣੀ ਨਹੀਂ ਉੱਥੇ ਹੀ ਰਹਿ ਗਿਆ Y ਆ ਗਿਆ 2.5 1 2 ਦੋ ਕਦਮ ਚੱਲਿਆ ਲੰਬ ਖਿੱਚ ਲਿਆ 5 ਕਦਮ 1 2 3 4 5 ਕਦਮ ਇਥੇ ਆ ਗਿਆ ਦੇਖੋ ਇਹ 0.5 ਜਾਂ 5.0 ਨਾਲ ਇਹੀ ਪੰਗਾ ਕ੍ਰੀਏਟ ਕਰਦੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਜ਼ੀਰੋ ਤੇ ਚੱਲਣਾ ਕਿ ਨਹੀਂ ਕਿਵੇਂ ਚੱਲਣਾ ਹੈ 5.2 ਇਹ ਵੀ ਸੌਖਾ ਹੈ 1 2 3 4 5 ਐਕਚੁਅਲੀ ਇਥੇ ਲੱਭ ਕਿੱਥੇ ਲਿਆ ਤੱਕ ਦੋ ਕਦਮ 1 2 ਦੋ ਕਦਮ ਆ 5.2 ਆ ਗਿਆ -3.5 ਤਾਂ 1 2 3 ਠੀਕ ਹੈ ਜੀ ਆ ਰਿਹਾ -3 ਕਮਾ -5 1 2 3 4 5 -5 ਆ ਬਿੰਦੂ ਆ ਗਿਆ ਥਡੇ ਕੋਲ ਉਹ ਤੋਂ ਬਾਅਦ ਕੀ ਹੈ -3 ਇਹ -3 -5 ਹੋ ਗਿਆ। ਅਗਲਾ ਮੈਂ ਕੁਲ ਕੀਆ -3,5 ਤਾਂ 1 2 3 ਤੇ ਪਲੱਸ ਵਾਲਾ 5 ਕਿੰਨਾ ਚੱਲਣਾ? 1 1 2 3 4 5 ਤਾਂ ਆ ਤੈਨੂੰ -3,5 ਆ ਗਿਆ। -3, -5 ਵੀ ਆ ਗਿਆ। 5, -3 ਮਤਲਬ ਇਹ ਕਿ ਚੱਲਣਾ ਪਲੱਸ ਚੱਲਣਾ ਹੈ। 1 2 3 4 5 ਇਹਦੋਂ ਲਾਈਨ ਖਿੱਚੀ ਤਾਂ ਹੁਣ ਕਿੰਨਾ ਚੱਲਣਾ -3 1 2 3 -3 ਇੱਥੋਂ ਖਿੱਚ ਕੇ ਇਹ ਪੁਆਇੰਟ ਲਗਾਤਾ। ਤਾਂ 6,1 ਤਾਂ 1 2 3 4 5 6 ਛੇ ਤੋਂ ਕਿਛਲੇ ਲੰਬ ਤਾਂ ਇੱਕ ਇੱਕਦੋ ਕਦਮ ਚੜਾ ਦੇ ਸੇ ਇੱਕ ਕਦਮ ਇਹ ਤੋਂ ਚੱਲਿਆ ਤਾਂ ਸੌਲਵ ਹੋ ਗਿਆ ਕਲੀਅਰ ਹੈ ਸਾਰੇ ਜੇ ਨਹੀਂ ਕਲੀਅਰ ਤਾਂ ਇੱਕ ਵਾਰੀ ਤੁਸੀਂ ਨੂੰ ਕਾਪੀ ਤੇ ਡਰਾ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਸਾਰੇ ਕਲੀਅਰ ਹੋ ਜਾਣਗੇ ਇਹ ਠੀਕ ਹੈ ਜੀ ਹੁਣ ਕਹਿੰਦਾ ਬਸ ਅਹੀ ਚੀਜ਼ ਨੇ ਤੇ ਜਿੱਦ ਅਸੀਂ ਹੋਈ ਹੈ ਕਹਿੰਦਾ ਨੋਟ ਉੱਪਰ ਦਿੱਤੇ ਕਿ ਤੁਹਾਨੂੰ ਵਿੱਚ ਅਸੀਂ ਦੇਖਦੇ ਆਂ ਕਿ 5.0 ਤੇ 0.5 ਇੱਕੋ ਨਹੀਂ ਹਨ ਇਸੇ ਤਰ੍ਹਾਂ 5.2 ਤੇ 2.5 ਵੀ ਅਲੱਗ-ਅਲੱਗ ਸਥਿਤੀਆਂ ਹਨ ਤੇ -3.5 ਤੇ 5.9 -3 ਵੱਖ-ਵੱਖ ਸਥਿਤੀਆਂ ਹਨ ਇਸੇ ਤਰ੍ਹਾਂ ਦੀਆਂ ਅਨੇਕ ਉਧਰ ਨਾਲਾਂ ਤੇ ਤੁਸੀਂ ਦੇਖੋਗੇ ਕਿ x x not equal to y ਹੋਣ ਤਾਂ ਕਾਰਦੀ ਸੰਪਰਤਲ ਵਿੱਚ x,y ਦੀ ਸਥਿਤੀ y,x ਤੋਂ ਪਿੰਨ ਹੁੰਦੀ ਹੈ। ਕਲੀਅਰ ਜੀ ਚੀਜ਼। ਇਸੇ ਲਈ ਜੇ ਅਸੀਂ ਨਿਰਦੇਸ਼ਾਂਕਾਂ ਨੂੰ x ਤੇ y ਵਿੱਚ ਅਦਲਾ ਬਦਲੀ ਕਰੀਏ ਤਾਂ y,x ਦੀ ਸਥਿਤੀ x,y ਦੀ ਸਥਿਤੀ ਤੋਂ ਵੱਖ ਹੋ ਜਾਏਗੀ। ਮਤਲਬ x,y ਜੇ 5,3 ਸੀਗਾ ਤੇ ਅਸੀਂ ਕਹਿ ਦਿੰਦੇ ਹਾਂ y, ਮਤਲਬ ਅਸੀਂ ਕੀ ਬੋਲ ਦਿੰਦੇ ਹਾਂ ਹੁਣ ਇਹਦੀ ਵੈਲਿਊ ਚੇਂਜ ਕਰਤੀ। ਇਹਦੀ 3 ਕਰਤੀ, ਇਹਦੀ 5 ਕਰਤੀ ਪਰ ਉਹ ਸੇਮ ਚੀਜ਼ ਨਹੀਂ ਰਹੇਗੀ, ਬਦਲ ਜਾਏਗੀ। ਠੀਕ ਹੈ ਇਹ ਤੋਂ ਚੀਜ਼ ਨੋਟ ਕਰਨ ਵਾਲੀ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ x,y ਅਤੇ y ਤੇ ਐਕਸ ਦੇ ਕ੍ਰਮ ਦਾ ਕਾਫੀ ਮਹੱਤਵ ਹੁੰਦਾ ਹੈ ਇਹ ਸ਼ਬਦ ਬਹੁਤ ਇੰਪੋਰਟੈਂਟ ਹੈ ਕ੍ਰਮ ਦਾ ਬਹੁਤ ਮਹੱਤਵ ਹੈ ਠੀਕ ਹੈ 3 5 ਤੇ 5 3 ਸੇਮ ਚੀਜ਼ ਹੋ ਸਕਦੇ ਨੇ ਠੀਕ ਹੈ ਇਹ ਕੋਈ ਫਰਕ ਨਹੀਂ ਆਏਗਾ 3 5 ਤੇ 5 3 ਚ ਕੋਈ ਫਰਕ ਨਹੀਂ ਆ ਪਰ ਇੱਕ ਇਦਾਂ ਸੋਚੋ ਹੁਣ ਮੈਂ ਕ੍ਰਮ ਦਾ ਮਤਲਬ ਤੁਹਾਨੂੰ ਸਮਝਾਉਣਾ ਕ੍ਰਮ ਦਾ ਮਤਲਬ ਕੀ ਹੈ ਵੀ ਐਸੇ ਨੂੰ ਇਦੇ ਮੰਨਦੇ ਨਾ ਕਾਲਮ ਤੇ ਰੋ ਮੰਨਦੇ ਨਾ ਇਹਨੂੰ ਕਤਾਰ ਮੰਨਦੇ ਨਾ ਦੇਖੋ ਤੁਹਾਡੇ ਕਲਾਸ ਦੇ ਵਿੱਚ 15 ਬੱਚੇ ਨੇ 15 ਬੱਚੇ ਨੇ ਤੁਸੀਂ ਤਿੰਨ ਕਾਲਮ ਬਣਾਉਣੇ ਆ ਇੱਕ ਕਾਲਮ ਦੋ ਕਾਲਮ ਤਿੰਨ ਕਾਲਮ ਪੰਜ ਰੋ ਬਣਣੀਆਂ ਨੇ 1 2 3 4 5 ਇੱਥੇ ਡੈਕਸ ਲਗਾਤੇ 1 2 3 4 5 6 7 8 9 10 11 12 13 14 15 ਠੀਕ ਹੈ ਇਹ ਤੁਹਾਡੇ ਕੋਲ ਕੀ ਬਣ ਗਿਆ 3,5 ਦਾ ਕੀ 5,3 ਵੀ ਸੇਮ ਹੋਣਗੇ ਹੁਣ ਆਹੀ ਕਲਾਸ ਹੈ ਉਹੀ ਸਾਈ ਸੀਗਾ ਪਰ 5,3 ਦਾ ਮਤਲਬ ਕੀ ਆ ਇੱਕ ਦੋ ਤਿੰਨ ਚਾਰ ਪੰਜ ਕਾਲਮ ਤੇ ਰੋ ਕਿੰਨੀਆਂ 1 2 3 ਦੇਖੋ ਕੀ ਇਹ ਦੋਨੋਂ ਡਾਇਗਰਾਮ ਸੇਮ ਨੇ ਸਮਝ ਨਹੀਂ ਹੈਗੇ ਇਹਦੇ ਵਿੱਚ ਤੁਸੀਂ ਕੀ ਕੀਤਾ 1 2 3 4 5 ਫਰੰਟ ਤੇ ਪੰਜ ਬੱਚੇ ਬਿਠਾਏ ਨੇ ਇਹਦੇ ਵਿੱਚ ਫਰੰਟ ਤੇ ਕਿੰਨੇ ਬਿਠਾਏ ਨੇ ਦੇਖੋ ਇਹਦੇ ਵਿੱਚ ਫਰੰਟ ਤੇ ਤਿੰਨ ਬੱਚੇ ਬਿਠਾਏ ਨੇ ਤੇ ਪਿੱਛੇ ਉਹਨਾਂ ਦੇ ਪਿੱਛੇ ਕਿੰਨੇ ਬੈਠੇ ਨੇ ਪੰਜ ਬੱਚੇ ਬੈਠੇ ਨੇ ਇਹਦੇ ਵਿੱਚ ਫਰੰਟ ਤੇ ਕਿੰਨੇ ਬੈਠੇ ਨੇ ਤਿੰਨ ਬੱਚੇ ਬੈਠੇ ਨੇ ਇੱਥੇ ਪਿੱਛੇ ਕਿੰਨੇ ਬੈਠੇ ਫਰੰਟ ਤੇ ਪੰਜ ਬੱਚੇ ਬੈਠੇ ਨੇ ਤੇ ਪਿੱਛੇ ਤਿੰਨ ਬੈਠੇ ਨੇ ਇਸ ਕਰਕੇ 3 ਕਮਾ 5 ਨੋਟ ਇਕੁਅਲ ਟੂ ਆ 5 ਕਮਾ 3 ਇਹਦੇ ਵਿੱਚ ਵੀ 15 ਸੀ ਇਹਦੇ ਵਿੱਚ ਵੀ 15 ਸੀ ਮਤਲਬ ਕਾਰਟੀਜ਼ਨ ਕੋਆਰਡੀਨੇਟ ਜੀਓਮੈਟਰੀ ਕਰਦੇ ਹੋਏ ਨਾ ਆਪਾਂ ਦੇਖੋ ਠੀਕ ਹੈ ਜੀ ਗੁਣਾ ਤੇ ਤੇ ਇੱਥੇ ਇਹ 3.5 ਤੇ 5.3 15 ਦੇ ਸਕਦੇ ਨੇ ਪਰ 3 5 ਤੇ 5 15 ਦੇ ਸਕਦੇ ਆ ਪਰ 3.5 ਤੇ 5.3 ਇਹ ਤੁਹਾਨੂੰ ਸੇਮ ਵੈਲਿਊ ਨਹੀਂ ਦੇਣਗੇ ਕਿਉਂਕਿ ਇਹ ਜੀਓਮੈਟਰੀ ਦੇ ਵਿੱਚ ਹੈ ਠੀਕ ਹੈ ਜਿਮਾਇਤੀ ਦੇ ਵਿੱਚ ਕੀ ਹੋ ਜਾਂਦਾ ਇਹਨਾਂ ਦਾ ਉਹ ਕ੍ਰਮ ਬਹੁਤ ਨਿਸ਼ਚਿਤ ਇੰਪੋਰਟੈਂਟ ਕਰਦਾ ਹੈ ਠੀਕ ਹੈ ਦੇਖੋ ਇਹਦੇ ਚ ਕ੍ਰਮ 3 5 ਦਾ ਮਤਲਬ ਕੀ ਆ 3 ਵਾਰੀ ਪਲੱਸ ਕਰੋ ਮਤਲਬ ਪੰਜ ਵਾਰੀ ਪਲੱਸ ਕਰੋ ਤਿੰਨ ਨੂੰ ਤੇ 5 3 ਦਾ ਮਤਲਬ ਕੀ ਆ ਕਿ ਤਿੰਨ ਵਾਰੀ ਪਲੱਸ ਕਰੋ ਇਹਦੇ ਵਿੱਚ ਕੀ ਕੀਤਾ ਸੀ ਤਿੰਨ ਨੂੰ ਕੀਤਾ ਪੰਜ ਵਾਰੀ ਪਲੱਸ ਇਹਦੇ ਵਿੱਚ ਕੀ ਕੀਤਾ ਪੰਜ ਨੂੰ ਕੀ ਕੀਤਾ ਤਿੰਨ ਵਾਰੀ ਪਲੱਸ ਠੀਕ ਹੈ ਇਹਦੇ ਵਿੱਚ ਮਤਲਬ ਇਹ ਸੀ ਗੁਣਾ ਦਾ ਓਕੇ ਮੈਨੂੰ ਤੁਹਾਨੂੰ ਚੀਜ਼ ਕਲੀਅਰ ਹੋ ਗਈ ਹੋਣੀ ਆ ਹੁਣ ਉਦਾਹਰਨ ਨੰਬਰ ਜਿਹੜਾ 4 ਆ ਨੈਕਸਟ ਆਪਾਂ ਵੀਡੀਓ ਲੈਕਚਰ ਦੇਖਦੇ ਆ ਇਹ ਵੀਡੀਓ ਲੈਕਚਰ ਦੇਖਣ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much